ਦਲੀਪ ਕੁਮਾਰ ਤੋਂ ਬਾਅਦ ਨੰਦ ਸਿੰਘ, ਨੰਦ ਸਿੰਘ ਤੋਂ ਬਾਅਦ ਕਾਂਤਾ ਰਾਣੀ, ਕਾਂਤਾ ਰਾਣੀ ਤੋਂ ਬਾਅਦ ਪੂਨਮ ਦੇਵੀ, ਪੂਨਮ ਦੇਵੀ ਤੋਂ ਬਾਅਦ ਪਰਵਿੰਦਰ ਕੌਰ, ਪਰਵਿੰਦਰ ਕੌਰ। ਹੰਸ ਰਾਜ, ਹੰਸ ਰਾਜ ਤੋਂ ਬਾਅਦ ਰਣਜੀਤ ਸਿੰਘ, ਰਣਜੀਤ ਸਿੰਘ ਤੋਂ ਬਾਅਦ ਸੁਰਿੰਦਰ ਕੌਰ, ਸੁਰਿੰਦਰ ਕੌਰ। ਉਸ ਤੋਂ ਬਾਅਦ ਚਰਨਜੀਤ ਕੌਰ, ਅਵਤਾਰ ਸਿੰਘ, ਅਵਤਾਰ ਸਿੰਘ ਤੋਂ ਬਾਅਦ ਬੇਅੰਤ ਸਿੰਘ, ਉਸ ਤੋਂ ਬਾਅਦ ਰਾਮਧਨ, ਰਾਮਧਨ ਤੋਂ ਬਾਅਦ ਬਿੰਦਰ, ਬਿੰਦਰ। ਉਸ ਤੋਂ ਬਾਅਦ ਅਮਰਜੀਤ ਸਿੰਘ, ਅਮਰਜੀਤ ਸਿੰਘ। ਅਮਰਜੀਤ ਸਿੰਘ ਤੋਂ ਬਾਅਦ ਗੁਰਮੀਤ ਕੌਰ, ਗੁਰਮੀਤ ਕੌਰ ਤੋਂ ਬਾਅਦ ਸੁਮਨ ਪੱਟੀ। ਇਹ ਸਨ ਸਾਡੇ ਲਾਭਪਾਤਰੀ ਜਿਨ੍ਹਾਂ ਨੂੰ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਇਹ ਚੈੱਕ ਹੈਂਡਓਵਰ ਕੀਤੇ ਨੇ। ਸੋ ਤੁਹਾਨੂੰ ਦੱਸ ਦੇਣਾ ਚਾਹਾਂਗੇ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਹੁਣ ਮੰਚ ਤੋਂ ਇਹ ਇੱਕ ਬਟਨ ਕਲਿੱਕ ਦੇ ਨਾਲ ਇਹ ਸਾਰੇ ਜਿਹੜੇ ਤੁਹਾਡੇ ਚੈੱਕ ਹੈਗੇ ਨੇ, ਜਿਹੜੀ ਅਮਾਊਂਟ ਹੈਗੀ ਆ ਤੁਹਾਡੇ ਖਾਤਿਆਂ ਦੇ ਵਿੱਚ ਡਾਇਰੈਕਟ ਟ੍ਰਾਂਸਫਰ ਹੋ ਜਾਏਗੀ। ਸੋ ਇਹ ਪਹਿਲਾ ਮੌਕਾ ਹੈ, ਮੈਂ ਦੇਖ ਰਿਹਾ ਸੀ, ਇਹ ਜਾਣਕਾਰੀ ਦੇਖ ਰਿਹਾ ਸੀ ਅੱਜ ਦੇ ਸਮਾਗਮ ਬਾਰੇ ਕਿ ਅੱਜ ਪਹਿਲਾ ਮੌਕਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਕੱਠੇ 25,000 ਜਿਹੜੇ ਬੈਨੀਫਿਸ਼ਰੀਜ਼ ਨੇ ਜਿਨ੍ਹਾਂ ਦੇ ਘਰ ਬਣਨੇ ਨੇ, ਉਹਨਾਂ ਨੂੰ 101 ਕਰੋੜ ਰੁਪਏ ਦੀ ਇਕੱਠੀ ਰਾਸ਼ੀ ਅੱਜ ਉਹਨਾਂ ਨੂੰ ਜਾਰੀ ਕੀਤੀ ਜਾ ਰਹੀ ਹੈ। ਅੱਜ ਇਹ ਥੋੜ੍ਹੇ ਸਮੇਂ ਦੇ ਬਾਅਦ ਹੀ ਤੁਹਾਡੇ ਅਕਾਊਂਟਸ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ। ਸੋ ਅੱਜ ਦੇ ਇਹ ਸਮਾਗਮ ਦੇ ਸਾਡੇ ਮੁੱਖ ਮਹਿਮਾਨ, ਸਾਡੇ ਮਹਿਬੂਬ ਨੇਤਾ ਜਿਨ੍ਹਾਂ ਨੂੰ ਸੁਣਨ ਵਾਸਤੇ ਅੱਜ ਆਪਾਂ ਇੱਥੇ ਵਿਸ਼ੇਸ਼ ਤੌਰ 'ਤੇ ਇਕੱਤਰ ਹੋਏ ਹਾਂ। ਸੋ ਸਮਾਂ ਆ ਗਿਆ ਕਿ ਅਸੀਂ ਉਹਨਾਂ ਦੇ ਵਿਚਾਰ ਸੁਣੀਏ ਕਿ ਉਹਨਾਂ ਨੇ ਰੋਡ ਮੈਪ ਤਿਆਰ ਕੀਤਾ ਸਾਡੇ ਵਿਕਾਸ ਦਾ, ਸਾਡੇ ਸ਼ਹਿਰ ਦੇ ਵਿਕਾਸ ਦਾ, ਸਾਡੇ ਪੰਜਾਬ ਦੇ ਵਿਕਾਸ ਦਾ। ਉਹ ਆਪਣੇ ਚਿਹਰੇ ਮੂਹਰੇ ਦੇ ਨਾਲ ਸਾਡੇ ਨਾਲ ਆਪਣੀਆਂ ਗੱਲਾਂ ਕਰਨਗੇ। ਸੋ ਮੈਂ ਬੇਨਤੀ ਕਰਾਂਗਾ ਸਾਡੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਮੰਚ 'ਤੇ ਆਉਣ, ਮਾਈਕ 'ਤੇ ਆਉਣ।
ਉਹ ਜਿਵੇਂ ਉਹਨਾਂ ਦੀ ਤਬੀਅਤ ਹੈ ਕਿ ਉਹ ਲੋਕਾਂ ਨਾਲ ਸਿੱਧੇ ਵਿਚਾਰ ਚਰਚਾ ਕਰਨ ਦਾ ਵਿੱਚ ਯਕੀਨ ਰੱਖਦੇ ਨੇ, ਸਿੱਧੀ ਫੀਡਬੈਕ ਲੈਂਦੇ ਨੇ, ਸਿੱਧੀ ਉਹਨਾਂ ਨਾਲ ਗੱਲਾਂ ਕਰਦੇ ਨੇ, ਸੋ ਮੈਂ ਬੇਨਤੀ ਕਰਾਂਗਾ ਕਿ ਉਹ ਮੁਖਾਤਿਬ ਹੋਣ ਅੱਜ ਦੇ ਇਸ ਇਕੱਠ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ, ਮੁੱਖ ਮੰਤਰੀ ਪੰਜਾਬ ਸਰਕਾਰ। ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਇੱਥੇ ਬੁਲਾ ਕੇ ਮੈਨੂੰ ਮਾਨ ਸਨਮਾਨ ਦਿੱਤਾ। ਮੈਂ ਯੂਨੀਵਰਸਿਟੀ ਦੇ ਵੀਸੀ ਸਾਹਿਬ, ਉਹਨਾਂ ਦਾ ਸਾਰਾ ਸਟਾਫ, ਅਧਿਕਾਰੀਗਣ, ਪ੍ਰੋਫੈਸਰ ਸਾਹਿਬਾਨ, ਵੱਖ ਵੱਖ ਵਿਭਾਗਾਂ ਦੇ ਡਾਇਰੈਕਟਰ ਸਾਹਿਬਾਨ, ਔਰ ਸਾਡੇ ਕੈਬਨਿਟ ਦੇ ਸਾਥੀ, ਲੋਕਲ ਬਾਡੀਜ਼ ਮਿਨਿਸਟਰ ਸਰਦਾਰ ਬਲਕਾਰ ਸਿੰਘ ਜੀ, ਔਰ ਲੁਧਿਆਣਾ ਅਤੇ ਲੁਧਿਆਣੇ ਦੇ ਆਸ ਪਾਸ ਦੇ ਇਲਾਕਿਆਂ ਤੋਂ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਇੱਥੇ ਵਿਧਾਨ ਸਭਾ ਦੇ ਵਿੱਚ ਪਹੁੰਚੇ, ਅਤੇ ਅੱਜ ਇੱਥੇ ਮੌਜੂਦ ਸਾਰੇ ਮੇਰੇ MLA ਸਾਹਿਬਾਨ, ਪਾਰਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ ਵੱਖ ਵੱਖ ਅਹੁਦਿਆਂ 'ਤੇ ਬਿਰਾਜਮਾਨ ਨੇ, ਔਰ ਸਭ ਤੋਂ ਵੱਧ ਧੰਨਵਾਦ ਉਹਨਾਂ ਪਰਿਵਾਰਾਂ ਦਾ ਜਿਹੜੇ ਚੱਲ ਕੇ ਇੱਥੇ ਆਏ ਹੋ। ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਹੈ। ਅੱਜ ਥੋੜ੍ਹਾ ਜਿਹਾ ਇੱਕ ਹੌਸਲਾ ਰਾਸ਼ੀ, ਸਨਮਾਨ ਰਾਸ਼ੀ ਘਰ ਬਣਾਉਣ ਵਾਸਤੇ ਜੋ ਦੇਣ ਦਾ ਇਹ ਸਮਾਗਮ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਅੱਜ ਦਾ ਸਮਾਗਮ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈਗਾ। ਆਮ ਤੌਰ 'ਤੇ ਕਿਹਾ ਜਾਂਦਾ ਕਿ ਘਰ ਰੋਜ਼ ਰੋਜ਼ ਨਹੀਂ ਬਣਦੇ, ਆਪਣੇ ਕਲਚਰ ਦੇ ਵਿੱਚ ਕਿਹਾ ਜਾਂਦਾ। ਸੋ ਖਾਸ ਤੌਰ 'ਤੇ ਬਜ਼ੁਰਗ ਜਿਹੜੇ ਨੇ ਉਹ ਹਮੇਸ਼ਾ ਆਪਣੇ ਜੱਦੀ ਘਰਾਂ ਨੂੰ ਛੱਡਦੇ ਨਹੀਂ, ਚਾਹੇ ਉਹ ਸਰਹੱਦੋਂ ਪਾਰ ਘਰ ਰਹਿ ਗਏ। ਕੋਈ ਨਾ ਕੋਈ ਤਾਂ ਸੁਨੇਹਾ ਕਹਿੰਦੇ ਵੀ ਜੱਦੀ ਘਰਾਂ ਵੱਲੋਂ ਆ ਜੇ। ਸੋ 101 ਕਰੋੜ ਰੁਪਈਏ ਦੀ ਰਾਸ਼ੀ, ਜਿਹਦੇ 'ਚ 1,75,000 ਯਾਨੀ ਕਿ 2.5 ਲੱਖ ਰੁਪਈਆ ਇੱਕ ਪਰਿਵਾਰ ਨੂੰ, ਜੋ ਅੱਜ ਅਸੀਂ ਇੱਥੋਂ ਦੇ ਰਹੇ ਹਾਂ। ਬਹੁਤ ਸਾਰੇ ਲਾਈਵ ਵੀ ਜੁੜੇ ਹੋਏ ਨੇ ਬਹੁਤ ਜਗ੍ਹਾ 'ਤੇ, ਸਾਡੇ ਕੌਂਸਲਰ ਸਾਹਿਬਾਨ, ਉਹ ਵੀ ਆਪਣੇ ਆਪਣੇ ਹਲਕੇ ਦੇ ਆਪਦੇ ਆਪਦੇ ਮੁਹੱਲਿਆਂ 'ਚ ਜਿਹੜੇ ਲੋਕਾਂ ਨੂੰ ਸਨਮਾਨ ਰਾਸ਼ੀ ਦੇਣੀ ਹੈ ਉਹਨਾਂ ਦੇ ਨਾਲ ਜੁੜੇ ਹੋਏ ਨੇ। ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ, ਮੇਰਾ ਇਹ ਫਰਜ਼ ਹੈ। ਫਰਜ਼ ਪਹਿਲਾਂ ਸਮਝਣਾ ਚਾਹੀਦਾ, ਡਿਊਟੀ। ਸੋ ਸਾਡੀ ਡਿਊਟੀ ਹੈ ਇਹ, ਸਰਕਾਰਾਂ ਦੀ ਡਿਊਟੀ ਹੁੰਦੀ ਹੈ ਇਹ ਕਿ ਉਹ ਆਪਣੇ ਨਾਗਰਿਕਾਂ ਨੂੰ ਰੋਟੀ, ਕੱਪੜਾ ਔਰ ਮਕਾਨ, ਜਿਹੜੀਆਂ 3 ਚੀਜ਼ਾਂ ਫੰਡਾਮੈਂਟਲ ਜਿਹੜੇ ਰਾਈਟਸ ਕਹਿ ਲਓ ਜਾਂ ਫੰਡਾਮੈਂਟਲ ਜਿਹੜੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ। ਸੋ ਉਹ ਅੱਜ ਜਿਹੜਾ ਸਾਡੇ ਵੱਲੋਂ ਮਕਾਨ ਦੀ ਸਹੂਲਤ ਦਾ ਜਿਹੜਾ ਪੈਸਾ 101 ਕਰੋੜ ਰੁਪਈਆ, ਉਹ ਅਸੀਂ ਅੱਜ ਇੱਥੇ ਜਾਰੀ ਕੀਤਾ।
ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਮਾਗਮ ਹੋਣਗੇ, ਇਸ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ। ਅਸਲ 'ਚ ਇਹ ਪੈਸਾ ਆਪਣੇ ਟੈਕਸ ਦਾ ਹੀ ਹੈ, ਇਹ ਪੈਸਾ ਤੁਹਾਡਾ ਹੀ ਹੈ। ਸਰਕਾਰਾਂ ਪੈਸਾ ਟੈਕਸ ਰਾਹੀਂ ਇਕੱਠਾ ਕਰਦੀਆਂ ਨੇ ਅਤੇ ਕਿਸੇ ਨਾ ਕਿਸੇ ਸਕੀਮ ਰਾਹੀਂ ਸਰਕਾਰਾਂ ਵਾਪਸ ਦਿੰਦੀਆਂ ਨੇ, ਔਰ ਦੇਣਾ ਚਾਹੀਦਾ। ਤੁਸੀਂ ਟੈਕਸ ਦਿੰਦੇ ਹੋ, ਬਹੁਤ ਸਾਰੇ ਮਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਸ਼ਾਇਦ ਉਹ ਸੋਚਦੀਆਂ ਹੋਣਗੀਆਂ ਅਸੀਂ ਤਾਂ ਕਦੇ ਟੈਕਸ ਦਿੱਤਾ ਨਹੀਂ। ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਕਦੋਂ ਟੈਕਸ ਦਿੰਦੇ ਹੋ। ਜਦੋਂ ਸਵੇਰੇ ਉੱਠਦੇ ਹੋ ਚਾਹ ਬਣਾਉਣ ਵਾਸਤੇ, ਜੇ ਤੱਕ ਚੁੱਲ੍ਹਾ ਹੈ ਤਾਂ ਮਾਚਿਸ ਸੀਖਾਂ ਵਾਲੀ ਡੱਬੀ 'ਤੇ ਜਦੋਂ ਆਪਾਂ ਤੀਲੀ ਜਲਾਉਂਦੇ ਹਾਂ ਟੈਕਸ ਸ਼ੁਰੂ, ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਸਿੱਖਾਂ ਵਾਲੀਆਂ ਡੱਬੀਆਂ ਜਾਂ ਮਾਚਿਸਾਂ ਲੈਣ ਜਾਓਗੇ ਉੱਥੇ ਟੈਕਸ ਹੈ, ਸਰਕਾਰ ਨੂੰ ਜਾਂਦਾ ਪੈਸਾ ਵਜੋਂ। ਜੇ ਗੈਸ ਸਿਲੰਡਰ ਹੈ ਤਾਂ ਜਦੋਂ ਲਾਈਟਰ ਦੀ ਸੁੱਚ ਦੱਬੀ, ਸਮਝ ਲਓ ਟੈਕਸ ਦੀ ਵੀ ਦੱਬੀ ਗਈ। ਫਿਰ ਚਾਹ ਰੱਖੀ ਹੈ, ਉਹ 'ਚ ਪੱਤੀ ਪਾਉਂਦੇ ਹੋ ਟੈਕਸ ਹੈ, ਉਹ 'ਚ ਖੰਡ ਪਾਉਂਦੇ ਹੋ ਟੈਕਸ ਹੈ, ਦੁੱਧ ਪਾਉਂਦੇ ਹੋ ਟੈਕਸ ਹੈ। ਹੁਣ ਤਾਂ ਸੁੱਖ ਨਾਲ ਸੈਂਟਰ ਸਰਕਾਰ ਨੇ ਆਟੇ 'ਤੇ ਵੀ ਲਾ ਤਾ, ਆਟਾ ਗੁੰਨਦੇ ਹੋ ਟੈਕਸ ਹੈ, ਪਰੌਂਠਿਆਂ 'ਤੇ ਵੀ ਟੈਕਸ ਹੈ ਜੀ, ਹੁਣ ਤਾਂ ਲੱਸੀ 'ਤੇ ਵੀ ਟੈਕਸ ਹੈ। ਉੱਧਰ ਛਾਛ ਕਹਿ ਜਾਂਦੇ ਨੇ ਆਪਣੇ, ਲੱਸੀ ਕਹਿ ਦਿੰਦੇ ਨੇ। ਸੋ ਫੋਨ ਕਰਦੇ ਹੋ ਕਿਸੇ ਨੂੰ ਟੈਕਸ ਹੈ, ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹੋ, ਚਾਹੇ ਬੱਸ ਰਾਹੀਂ ਜਾਂਦੇ ਹੋ, ਕਾਰ ਰਾਹੀਂ ਜਾਂਦੇ ਹੋ, ਮੋਟਰਸਾਈਕਲ ਰਾਹੀਂ ਜਾਂਦੇ ਹੋ, ਤੇਲ ਪਵਾਉਂਦੇ ਹੋ ਟੈਕਸ ਹੈ, ਆਉਂਦੇ ਹੋਏ ਸਬਜ਼ੀ ਲਿਆਉਂਦੇ ਹੋ ਟੈਕਸ ਹੈ, ਰੋਟੀ ਖਾ ਕੇ ਸ਼ਾਮ ਨੂੰ ਮੰਜੇ 'ਤੇ ਸੌਣ ਵੇਲੇ ਸ਼ਾਇਦ ਸੋਚਦੇ ਹੋਵੋਗੇ ਸ਼ੁਕਰ ਹੈ ਹੁਣ ਕੋਈ ਟੈਕਸ ਨਹੀਂ। ਨਹੀਂ, ਇਹ ਵੀ ਗਲਤ ਫਹਿਮੀ ਹੈ, ਤੁਸੀਂ ਸੌਂ ਜਾਂਦੇ ਹੋ ਪੱਖਾ ਚੱਲੀ ਜਾਂਦਾ, ਉਹ ਟੈਕਸ ਹੈ। ਸੋ ਪਬਲਿਕ ਤਾਂ 24 ਘੰਟੇ ਟੈਕਸ ਦੇਈ ਜਾਂਦੀ ਹੈ, ਫਿਰ ਖਜ਼ਾਨੇ ਖਾਲੀ ਕਿਵੇਂ ਹੋ ਜਾਂਦੇ ਨੇ? ਪਬਲਿਕ ਵੱਲੋਂ ਤਾਂ ਕਦੇ ਟੈਕਸ ਦੇਣ 'ਚ ਕੋਈ ਕੁਤਾਹੀ ਵਰਤੀ ਨਹੀਂ ਗਈ, ਪਬਲਿਕ ਤਾਂ ਟੈਕਸ ਦੇ ਰਹੀ ਹੈ, 24 ਘੰਟੇ ਸੁੱਤੇ ਪਏ ਵੀ ਟੈਕਸ ਦੇ ਰਹੇ ਲੋਕ ਤਾਂ, ਪਰ ਖਜ਼ਾਨੇ ਖਾਲੀ ਕਿਵੇਂ ਹੋ ਜਾਂਦੇ ਨੇ? ਨੀਅਤ ਤਾਂ ਸਾਫ਼ ਨਹੀਂ ਹੈਗੀਆਂ ਅਸਲ 'ਚ, ਖਜ਼ਾਨਿਆਂ 'ਚ ਬਹੁਤ ਪੈਸਾ ਹੈ, ਨੀਅਤ ਸਾਫ਼ ਹੋਵੇ। ਸੋ ਅਸੀਂ ਹੁਣ ਕਿਵੇਂ ਕਰੀ ਜਾਂਦੇ ਹਾਂ ਕੰਮ? ਉਹੀ ਖਜ਼ਾਨਾ ਹੈ, ਉਹੀ ਪੰਜਾਬ ਹੈ, ਉਹੀ ਅਫਸਰ ਨੇ। ਨਾ ਹੀ ਕਿ ਅਸੀਂ ਪੰਜਾਬ ਸਰਕਾਰ ਨੇ ਕੋਈ ਨੋਟਾਂ ਲਈ ਮਸ਼ੀਨ ਬਣਾ ਲਈ ਵੀ ਨੋਟ ਛਾਪਣ ਲੱਗ ਗਏ ਆਪਦੇ, ਉਹੀ ਪੈਸੇ ਨੇ। ਬਸ ਇਹ ਹੈ, ਲੀਕੇਜ ਬੰਦ ਕਰਤੀ, ਜਿਹੜੇ ਇੱਧਰ ਉੱਧਰ ਜਾਂਦੇ ਸੀ, ਕਿਸੇ ਦੇ ਘਰ ਜਾਂਦੇ ਸੀ, ਕਿਸੇ ਦੇ ਰਿਸ਼ਤੇਦਾਰ ਦੇ ਘਰ ਜਾਂਦੇ ਸੀ, ਉਹ ਬੰਦ ਕਰਕੇ ਸਿੱਧੇ ਖਜ਼ਾਨੇ ਵੱਲ ਨੂੰ ਮੂੰਹ ਕਰਤਾ, ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਨੂੰ ਕਰਤਾ। ਅੱਜ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣੇ ਨੂੰ 50 ਟਰੈਕਟਰ, ਮੈਂ ਹੁਣੇ ਅਜੇ ਹਰੀ ਝੰਡੀ ਦੇ ਕੇ ਆਇਆ, 50 ਟਰੈਕਟਰ ਜਿਹੜੇ 2 ਕਰੋੜ 23 ਲੱਖ ਦੇ ਲਗਭਗ ਉਹਨਾਂ ਦੀ ਕੀਮਤ ਹੋਊਗੀ, ਨਵੇਂ ਟਰੈਕਟਰ ਨੇ ਔਰ 35 ਹੋਰਸਪਾਵਰ ਦੇ ਨੇ। ਕੂੜਾ ਚੱਕਣਾ ਹੈ, ਪਾਰਕਾਂ ਦੇ ਵਿੱਚ ਕੋਈ ਜਿਹੜਾ ਕੋਈ ਨਵੇਂ ਬੂਟੇ ਲਾਉਣੇ ਨੇ, ਬੂਟਿਆਂ ਨੂੰ ਪਾਣੀ ਦੇਣਾ ਹੈ, ਕੋਈ ਹੋਰ ਮੁਹੱਲੇ 'ਚ ਕੋਈ ਮਤਲਬ ਬਾਗਬਾਨੀ ਨਾਲ ਸੰਬੰਧਿਤ ਕੋਈ ਕਿਤੇ ਦਰਖਤ ਲਾਉਣੇ ਨੇ, ਅਤੇ ਉਹਦੇ ਵਾਸਤੇ ਟਰੈਕਟਰ ਜਿਹੜੇ ਨੇ ਉਹ ਕੰਮ ਆਉਣਗੇ, ਨਵੇਂ ਟਰੈਕਟਰ ਨੇ।
ਔਰ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਟਰੈਕਟਰ ਨੇ, ਸਰਕਾਰਾਂ ਨਾ ਕਹਿ ਕੁਛ ਹੋਰ ਦਿੰਦੀਆਂ, ਦਿੰਦੀਆਂ ਕੁਛ ਹੋਰ ਨੇ, ਕਾਗਜ਼ਾਂ 'ਚ ਕੁਛ ਹੋਰ ਹੀ ਚੱਲੀ ਜਾਂਦਾ ਹੁੰਦਾ, ਧਰਤੀ 'ਤੇ ਕੁਛ ਹੋਰ ਹੀ ਚੱਲੀ ਜਾਂਦਾ ਹੁੰਦਾ। ਕਈ ਸੜਕਾਂ ਇਹੋ ਜਿਹੀਆਂ ਨੇ ਜਿਹੜੀਆਂ ਕਾਗਜ਼ਾਂ ਚੱਲੀ ਜਾਂਦੀਆਂ ਨੇ, ਧਰਤੀ